ਅੰਗਰੇਜ਼ੀ ਉੱਚੀ ਤੇ ਵਧੀਆ ਜ਼ੁਬਾਨ ਹੈ ਉਹਨੇ ਸਾਡੀ ਪੰਜਾਬੀ ਜ਼ੁਬਾਨ ਨੂੰ ਕਿੰਜ ਨੁਕਸਾਨ ਪਹੁੰਚਾਇਆ ਉਹਦੇ ਬਾਰੇ ਤੁਸੀਂ ਕੀ ਕਹੋ ਪ੍ਰਵੀਨ ਸ਼ਾਕਰ ਨੇ ਇਸੇ ਲਈ ਦੁਖਾਤਾ ਨਾ ਕਿ ਬਾਤ ਤਾਂ ਸੱਚ ਹੈ ਮਗਰ ਬਾਤ ਹੈ ਰਸਵਾਈ ਦੀ ਯਾਨੀ ਇਹ ਬੜੀ ਪਰੇਸ਼ਾਨੇ ਵਾਲੀ ਗੱਲ ਆ ਤੇ ਬੜੀ ਅਫਸੋਸ ਵਾਲੀ ਗੱਲ ਆ ਕਿ ਅਸੀਂ ਆਪਣੇ ਕਲਚਰ ਨੂੰ ਆਪਣੀ ਤਹਿਜ਼ੀਬ ਦੀ ਜ਼ੁਬਾਨ ਨੂੰ ਇੰਨਾ ਬੁਰੇ ਤਰੀਕੇ ਨਾਲ ਟ੍ਰੀਟ ਕਰਨੇ ਆ ਇਨਾ ਬੁਰੇ ਤਰੀਕੇ ਨਾਲ ਉਹਦੇ ਨਾਲ ਸਲੂਕ ਕਰਨੇ ਆ ਕਿ ਉਹ ਬੋਲਣ ਵਾਲੇ ਅੱਜ ਲੱਗਦਾ ਕਿ ਜਿਵੇਂ ਬੜੇ ਗਵਾਰ ਨੇ ਬੜੇ ਜਾਹਲ ਨੇ ਅਸਾਂ ਆਪ ਹੀ ਲੋ ਕਰ ਦਿੱਤਾ ਅਸਾਂ ਆਪ ਹੀ ਕਰ ਅਸੀਂ ਉਹਦਾ ਸਟੈਂਡਰਡ ਇਨਾ ਲੋ ਕਰਤਾ ਅਸੀਂ ਇੱਕ ਸਟਿਗਮਟਾਈਜ਼ ਕਰਤਾ ਇਹਨੂੰ ਕਿ ਜਿਹੜੇ ਲੋਕ ਪੰਜਾਬੀ ਬੋਲਦੇ ਉਹ ਪੜੇ ਲਿਖੇ ਨਹੀਂ ਹੈ ਭਈ ਉਹਨਾਂ ਵਿੱਚ ਸੈਂਸ ਨਹੀਂ ਹੈ ਉਹਨਾਂ 'ਚ ਸੈਂਸ ਨਹੀਂ ਹੈ ਉਹਨਾਂ ਨੂੰ ਪਤਾ ਨਹੀਂ ਮਾਡਰਨਿਜ਼ਮ ਕੀ ਹੁੰਦੀ ਉਹਨਾਂ ਨੂੰ ਇਹ ਪਤਾ ਨਹੀਂ ਤਹਿਜ਼ੀਬ ਕੀ ਹੁੰਦੀ ਭਈ ਜ਼ੁਬਾਨ ਜਿਹੜੀ ਆ ਉਹ ਇਲਮ ਨਹੀਂ ਹੈ ਹਾਂਜੀ ਜ਼ੁਬਾਨ ਜਿਹੜੀ ਆ ਉਹ ਇਲਮ ਦੀ ਇਲਮ ਨੂੰ ਮਹਫੂਜ਼ ਕਰਨ ਦਾ ਇਲਮ ਨੂੰ ਇਲਮ ਦੀ ਤਰਸੀਲ ਕਰਨ ਦਾ ਤੇ ਉਹਨੂੰ ਸਿੱਖਣ ਦਾ ਲਿਖਣ ਦਾ ਇੱਕ ਜ਼ਰੀਆ ਵਾ ਬਸ ਆ ਡਿਫਰੈਂਸ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਤੇ ਅਸੀਂ ਇਸ ਫਰਕ ਨੂੰ ਖਤਮ ਖਤਮ ਕਰਤਾ ਅਸੀਂ ਕੀ ਸਮਝਿਆ ਅਸੀਂ ਇਹ ਸਮਝਨੇ ਆ ਕਿ ਜ਼ੁਬਾਨ ਹੀ ਇਲਮ ਆ ਕੋਈ ਜ਼ੁਬਾਨ ਇਲਮ ਨਹੀਂ ਹੈ ਹਾਂਜੀ ਜ਼ੁਬਾਨ ਜ਼ੁਬਾਨਾ ਹੀ ਤੇ ਇਲਮ ਮਹਫੂਜ਼ ਹੁੰਦਾ ਜਾਂ ਉਹਨਾਂ ਦੇ ਜ਼ਰੀਏ ਅਸੀਂ ਇੱਕ ਦੂਜੇ ਨੂੰ ਦੇ ਨਾਲ ਇਲਮ ਸ਼ੇਅਰ ਕਰਨੇ ਆ ਮਲੂਮਾਤ ਸ਼ੇਅਰ ਕਰਨੇ ਆ ਅਸੀਂ ਕੀ ਕੀਤਾ ਅਸੀਂ ਜਦੋਂ ਇਹ ਬਣਾਤਾ ਇਹ ਇੱਕ ਤਸਵਰ ਬਣਾਤਾ ਇੱਕ ਕਲਚਰ ਬਣਾਤਾ ਕਿ ਜ਼ੁਬਾਨ ਤੇ ਲੈਂਗੁਏਜ ਇੱਕ ਲੈਂਗੁਏਜ ਯਾਨੀ ਜ਼ੁਬਾਨ ਹੈ ਤੇ ਨੌਲੇਜ ਇੱਕ ਨੌਲੇਜ ਇੱਕ ਨਹੀਂ ਹੈ ਤੁਸੀਂ ਅਗਰ ਨੌਲੇਜ ਬੇ ਨਿਸ਼ਾਨ ਹੋ ਤੁਹਾਡੇ ਕੋਲ ਨੌਲੇਜ ਹੈ ਤੇ ਤੁਸੀਂ ਉਹਦਾ ਇਜ਼ਹਾਰ ਭਾਵੇਂ ਪੰਜਾਬੀ ਚ ਕਰੋ ਭਾਵੇਂ ਸਰਾਇਕੀ ਚ ਕਰੋ ਤੇ ਭਾਵੇਂ ਉਰਦੂ ਚ ਕਰੋ ਇਹ ਨੌਲੇਜ ਤੇ ਜ਼ੁਬਾਨ ਉਹਨੂੰ ਤਰਸੀਲ ਦਾ ਉਹਨੂੰ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦਾ ਜ਼ਰੀਆ ਆਪਾਂ ਜ਼ੁਲਮ ਕੀ ਕੀਤਾ ਆਪਾਂ ਇਹ ਕੀਤਾ ਕਿ ਆਪਾਂ ਜ਼ੁਬਾਨ ਨੂੰ ਹੀ ਨੌਲੇਜ ਬਣਾਤਾ ਹਾਂਜੀ ਜਿਹੜਾ ਅੰਗਰੇਜ਼ੀ ਬੋਲਦਾ ਅਸੀਂ ਕਹਿੰਨੇ ਬੜਾ ਪੜਿਆ ਲਿਖਿਆ ਬੜਾ ਐਜੂਕੇਟਿਡ ਹੋਣ ਬੜਾ ਐਜੂਕੇਟਡ ਹੈ ਇਹਨੂੰ ਇਹਨੂੰ ਬੜੀ ਚੀਜ਼ਾਂ ਦਾ ਪਤਾ ਇਹਨੂੰ ਇਹ ਪਤਾ ਕਿੰਨਾ ਸੋਫਿਸਟੀਕੇਟਿਡ ਹੈ ਇਹਨੂੰ ਕਲਚਰ ਦਾ ਵੀ ਪਤਾ ਇਹ ਬੜਾ ਤਹਿਜ਼ੀਬ یافتਾ ਹਾਲਾਂਕਿ ਇਹਦਾ ਇਹਦੇ ਨਾਲ ਕੋਈ ਤਾਲਕ ਨਹੀਂ ਤਹਿਜ਼ੀਬ ਸੁਬਾਨ ਅੱਲ ਤੇ ਨਹੀਂ ਜੁੜੀ ਨਾ ਉਹ ਇਲਮ ਤੇ ਜਿੰਨੀ ਤੁਹਾਨੂੰ ਪਹਿਚਾਨ ਆ ਇਲਮ ਦੀ ਆਪਣੀ ਉਹਨੇ ਤੁਸੀਂ ਸਾਹਿਬ-ਏ-ਇਲਮ ਹੋ ਉਹਨੂੰ ਉਹਨਾਂ ਤੁਹਾਨੂੰ ਆਪਣੀ ਜ਼ਾਤ ਦਾ ਇਰਫਾਨ ਹੋਏਗਾ ਤੁਹਾਨੂੰ ਗਿਰਦੋ ਨਵਾਚ ਰਹਿਣ ਵਾਲੇ ਲੋਕਾਂ ਦੀ ਪਹਿਚਾਨ ਹੋਏਗੀ ਇਹ ਇਹ ਜਦੋਂ ਫਰਕ ਖਤਮ ਕੀਤਾ ਤੇ ਫਿਰ ਇਹ ਮਸਾਇਲ ਪੈਦਾ ਹੋਏ ਸਾਨੂੰ ਇਹ ਫਰਕ ਦੁਬਾਰਾ ਉਜਾਗਰ ਕਰਨ ਦੀ ਲੋੜ ਆ ਲੋਕਾਂ ਨੂੰ ਆਪਣੇ ਸਟੂਡੈਂਟਾਂ ਨੂੰ ਆਪਣੇ ਦੋਸਤਾਂ ਨੂੰ ਇਹ ਦੱਸਣ ਦੀ ਜ਼ਰੂਰਤ ਆ ਕਿ ਤੁਸੀਂ ਭਲੇ ਕੋਈ ਵੀ ਜ਼ੁਬਾਨ ਬੋਲੋ ਸਹੀ ਬੋਲੋ ਹੂੰ ਉਸ ਜ਼ੁਬਾਨ ਦੀ ਗ੍ਰਾਮਰ ਤੁਹਾਨੂੰ ਹੋਣੀ ਚਾਹੀਦੀ ਉਸ ਜ਼ੁਬਾਨ ਦੇ ਰਮਜ਼ੋ ਓਕਾਫ ਤੁਹਾਨੂੰ ਆਉਣੇ ਚਾਹੀਦੇ ਉਹ ਜ਼ੁਬਾਨ ਤੁਹਾਨੂੰ ਸਹੀ ਤਰ੍ਹਾਂ ਆਉਣੀ ਚਾਹੀਦੀ ਤੇ ਜਦੋਂ ਉਹ ਜ਼ੁਬਾਨ ਤੁਹਾਨੂੰ ਸਹੀ ਤਰ੍ਹਾਂ ਆ ਜਾਏਗੀ ਤੇ ਫਿਰ ਤੁਸੀਂ ਅਸਾਸੇ ਕਮਤਰੀ ਮਹਿਸੂਸ ਨਹੀਂ ਕਰੋਗੇ ਸ਼ਰਮ ਮਹਿਸੂਸ ਨਹੀਂ ਕਰੋਗੇ ਤੁਸੀਂ ਪੰਜਾਬੀ ਮੂਵੀਜ਼ ਦੇਖ ਲਓ ਕਿਡਾ ਖੂਬਸੂਰਤ ਕਲਚਰ ਆ ਤੁਹਾਨੂੰ ਪੰਜਾਬੀ ਮੂਵੀ ਦੇਖ ਕੇ ਇੰਜ ਲੱਗਦਾ ਜਿਵੇਂ ਇਹ ਸਾਰੇ ਵਾਕਿਆਤ ਸਾਡੇ ਸਾਹਮਣੇ ਹੋਏ ਤੇ ਸਾਡੇ ਨਾਲ ਹੋਏ ਤੁਹਾਨੂੰ ਜ਼ਰਾ ਵੀ ਅਜਨਬੀਪਾਨੇ ਲੱਗਦਾ ਤੇ ਉਹ ਜਦੋਂ ਤੁਹਾਨੂੰ ਲੱਗਦਾ ਕਿ ਇਹ ਆਪਣਾ ਕਲਚਰ ਆ ਰਿਐਲਿਟੀ ਟਾਈਪ ਥਿੰਗਸ ਲੱਗਦੀਆਂ ਨੇ ਕਲੋਸ ਟੂ ਰਿਐਲਿਟੀ ਲੱਗਦਾ ਨਾ ਯਾਨੀ ਸਾਨੂੰ ਅਸੀਂ ਰੀਅਲਿਜ਼ਮ ਤੇ ਬਲੀਵ ਕਰਦੇ ਨਾ ਉਹ ਮੂਵੀਆਂ ਸਾਰੀਆਂ ਜਿਹੜੀਆਂ ਪੰਜਾਬੀ ਦੀਆਂ ਇੰਜ ਲੱਗਦੀਆਂ ਜਿਵੇਂ ਰੀਅਲਿਜ਼ਮ ਤੇ ਬੇਸ ਕਰਦੀਆਂ ਹਾਲਾਂਕਿ ਸਾਰੀਆਂ ਰੀਅਲਿਜ਼ਮ ਤੇ ਬੇਸ ਨਹੀਂ ਕਰਦੀਆਂ ਕੁਝ ਕਨਸਟਰਕਸ਼ਨਿਜ਼ਮ ਤੇ ਵੀ ਬੇਸ ਕਰਦੀਆਂ ਕਿ ਹਰ ਇੱਕ ਦਾ ਆਪਣਾ ਨੁਕਤਾ ਨਜ਼ਰ ਲੇਕਿਨ ਉਹ ਸਾਨੂੰ ਕਿਉਂ ਹਕੀਕਤ ਦੇ ਮਬਨੀ ਲੱਗਦੀਆਂ ਕਿਉਂਕਿ ਸਾਨੂੰ ਆਪਣੇ ਕਲਚਰ ਦੇ ਕਰੀਬ ਲੱਗਦੀਆਂ ਆਪਣੀ ਤਹਿਜ਼ੀਬ ਦੇ ਕਰੀਬ ਲੱਗਦੀਆਂ ਤੇ ਇਹ ਸਾਰੀ ਸਟੋਰੀ ਨੂੰ ਅਗਰ ਅਸੀਂ ਮੁ तो मैं ये कहना चाहागा कि सबान इलम्च फर्क करने की जरूरत आ जुबान इलम हासिल करने कोई भी जुबान इस्तेमाल की थी जा सकती इलमन महफूज़ करने भी कोई जुबान इस्तेमाल की थी जा सकती तुसी तहजीबा रूचियों जवाल देख लो जदों रोमन सुपरपावर थानी रोमन यूज़ करते जदों आठवन जो है सल्तनत उस्मानिया का रूझ था तो वो अरेबिक यूज़ करते उदो नॉलेज सारा अरबीच से ਤੇ ਜਦੋਂ ਫਿਰ ਅੰਗਰੇਜ਼ ਆਇਆ ਤੇ ਉਹਨੇ ਉਹ ਅਰਬੀ ਵਾਲੇ ਸਾਰੇ ਨੌਲੇਜ ਨੂੰ ਅੰਗਰੇਜ਼ੀ ਚ ਕਨਵਰਟ ਕੀਤਾ ਤੇ ਹੁਣ ਤਹਿਜ਼ੀਬ ਇੱਕ ਵਾਰੀ ਫਿਰ ਚਾਈਨਾ ਦੀ ਤਰਫ ਜਾ ਰਹੀ ਹੈ ਇਹਦਾ ਮਤਲਬ ਹੈ ਇਸ ਟਾਈਮ ਜਿਹੜਾ ਨੌਲੇਜ ਆ ਉਹ ਸਾਰਾ ਚੀਨੀ ਚ ਕਨਵਰਟ ਹੋ ਰਿਹਾ ਤੇ ਇਹਦਾ ਮਤਲਬ ਆ ਕਿ ਜੋ ਜ਼ੁਬਾਨ ਹੈ ਉਹ ਨੌਲੇਜ ਤੋਂ ਨਹੀਂ ਹੈ ਉਹ ਤੇ ਨੌਲੇਜ ਨੂੰ ਜ਼ਖੀਰਾ ਕਰਨ ਦਾ ਤਰੀਕਾ ਇੱਕ ਤੇ ਦੇਖੋ ਹੁਣ ਅੱਜ ਅਗਰ ਅਸੀਂ ਦੇਖੀਏ ਲੇਟੈਸਟ ਜੋ ਰਿਪੋਰਟਾਂ ਆ ਰਹੀਆਂ ਸਭ ਤੋਂ ਜ਼ਿਆਦਾ ਦੁਨੀਆ ਚ ਜਿਹੜਾ ਜਿਹੜੀ ਕੌਮ ਇਸ ਟਾਈਮ ਨੌਲੇਜ ਕੰਟਰੀਬਿਊਟ ਕਰ ਰਹੀ ਹੈ ਪ੍ਰੋਡਿਊਸ ਕਰ ਰਹੀ ਹੈ वो चाइनी कौम आ पिछली रिपोर्ट आ जो साइंस फाउंडेशन है अमेरिका में उसकी ये रिपोर्ट है कि चाइना सबसे ज़्यादा दुनिया नॉलेज पैदा कर रहे कंट्रीब्यूट कर रहे है ये मतलब आ कि आहिता आहिस्ता इलम जो सिमत वो, वो चाइनी तरफ चाइनी की तरफ जा रही है और वैसे भी मैं तुम दसा कि चाइना च बीजिंग चे, जो प्रेस है उनका जो नैशनल प्रेस है ਜਿਹੜੀ ਦੁਨੀਆਂ 'ਚ ਉੱਚੀ ਤੇ ਚੰਗੀ ਕਿਤਾਬ ਪਬਲਿਸ਼ ਹੁੰਦੀ ਆ ਉਹਦਾ ਉਹ ਫੌਰਨ ਚਾਈਨੀਜ਼ ਜ਼ਬਾਨ 'ਚ ਟ੍ਰਾਂਸਲੇਟ ਕਰਦੇ ਤਰਜਮਾ ਕਰਦੇ ਉਹ ਨਹੀਂ ਛੱਡਿਆ ਉਹਦੀ ਉਹਦੀ ਵਜ੍ਹਾ ਕੀ ਆ ਉਹ ਆਪਣੀ ਨੌਜਵਾਨ نسل ਨੂੰ ਪੂਰੇ ਦਾ ਪੂਰਾ ਜਿਹੜਾ ਇਲਮਾ ਸਾਰਾ ਇਲਮਾ ਉਹ ਚਾਈਨੀਜ਼ ਜ਼ਬਾਨ 'ਚ ਦੇ ਰਹੇ ਇਹਦੇ ਦੋ ਫਾਇਦੇ ਇੱਕ ਇਹ ਕਿ ਉਹ نسل ਆਪਣੀ ਰਵਾਇਤ ਨਾਲ ਆਪਣੀ ਰੀਤਾਂ ਨਾਲ ਤੇ ਆਪਣੇ ਕਲਚਰ ਨਾਲ ਜੁੜੀ ਹੋਈ ਆ ਤੇ ਦੂਜੀ ਗੱਲ ਲੋਕਾਂ ਦੀ ਅੰਡਰਸਟੈਂਡਿੰਗ ਦਾ ਲੈਵਲ ਬਹੁਤ ਹਾਈ ਆ ਲੋਕਾਂ ਨੂੰ ਇਲਮ ਦੇ ਕਨਸੈਪਟ ਜਿਹੜੇ ਆ ਉਹਦੀ ਜਿਹੜੀ ਡਿਫਰੈਂਟ ਡਾਈਮੈਂਸ਼ਨ ਆ ਆਪਣੀ ਜ਼ੁਬਾਨ ਚ ਅੱਛੀ ਤਰ੍ਹਾਂ ਸਮਝ ਆਉਂਦੀ ਹੈ ਤੁਸੀਂ ਜ਼ਰਾ ਸੋਚੋ ਕਿ ਅਗਰ ਆਪਣੀ ਜਿਹੜੀਆਂ ਰਿਸਰਚ ਦੀਆਂ ਕਿਤਾਬਾਂ ਮੈਥਮੈਟਿਕਸ ਦੀਆਂ ਕਿਤਾਬਾਂ ਬਾਇਓਲੋਜੀ ਦੀਆਂ ਕਿਤਾਬਾਂ ਇਹ ਸਾਰਾ ਜਿਹੜਾ ਨੌਲੇਜ ਆ ਅਗਰ ਉਰਦੂ ਚ ਹੁੰਦਾ ਤੇ ਦੋ ਦਿਨਾਂ ਚ ਤੁਸੀਂ ਕਿਸੇ ਸਟੂਡੈਂਟ ਨੂੰ ਕਿਤਾਬ ਦੇਣੀ ਸੀ ਉਹਨੇ ਆ ਕੇ ਕਹਣਾ ਸੁਣ ਲਓ ਸਾਰੀ ਦੱਸੋ ਕੀ ਪੁੱਛਣਾ ਸਾਡੇ ਹਾਂ ਸਭ ਤੋਂ ਵੱਡਾ ਪ੍ਰੋਬਲਮ ਇਹ ਹੋਇਆ ਕਿ ਹਮਾਰੇ ਹਮਾਰੇ ਸਾਡੇ ਤਾਲਬੇ ਜਿਹੜੇ ਤਾਲਬੇ ਇਲਮਾ ਸਾਡੇ ਜਿਹੜੇ ਸਟੂਡੈਂਟ ਆ ਉਹਨਾਂ 'ਚ ਬੜਾ ਪੋਟੈਂਸ਼ੀਅਲ ਆ ਉਹਨਾਂ ਦਾ ਪ੍ਰੋਬਲਮ ਹੈ ਕਿ ਉਹਨਾਂ ਨੂੰ ਲੈਂਗੁਏਜ ਨਹੀਂ ਆਉਂਦੀ ਹੂੰ ਜਿਹੜੀ ਉਹਨਾਂ ਦੇ ਕਨਸੈਪਟ ਜੇਹੰ ਚ ਬਣੇ ਆ ਉਹਨਾਂ ਦਾ ਬਾਜ਼ਕਤ ਉਹ ਇਜ਼ਹਾਰ ਨਹੀਂ ਕਰ ਪਾਉਂਦੇ ਤੇ ਅਸੀਂ ਇਹ ਪਾਬੰਦ ਕੀਤਾ ਕਿ ਅੰਗਰੇਜ਼ੀ 'ਚ ਲਿਖਣਾ ਹੁਣ ਉਹ ਸੋਚਤੇ ਲੈਂਦੇ ਅੰਗਰੇਜ਼ੀ 'ਚ ਉਹਨਾਂ ਨੂੰ ਉਸ ਤਰ੍ਹਾਂ ਬਾਜ਼ਕਤ ਬਹੁਸੇ ਸਟੂਡੈਂਟ ਕੋ ਲਿਖਣੇ ਨਹੀਂ ਆਉਂਦਾ ਇਹਦਾ ਮਤਲਬ ਆ ਕਿ ਜਿਹੜਾ ਉਹਨਾਂ ਕੋ ਇਲਮ ਆ ਚਾਈਨੀਸ ਸਟੂਡੈਂਟ ਨੂੰ ਕੀ ਫਾਇਦਾ یا جیڑیاں باقی قومਾਂ جرمن ਜਿਵੇਂ ਜਪਨੀਜ਼ ਹੈ ਇਹਨਾਂ ਕੌਮਾਂ ਨੂੰ ਜਾਂ ਕੋਰੀਅਨ ਉਹਨਾਂ ਕੌਮਾਂ ਨੂੰ ਇਹ ਫਾਇਦਾ ਕਿ ਉਹਨਾਂ ਦੇ ਜਿਹੜੇ ਤਾਲਬੇ ਲਮਾ ਉਹ ਆਪਣੀ ਜ਼ੁਬਾਨਾਂ ਚ ਪੜਨਦੇ ਉਹਨਾਂ ਨੂੰ ਕਨਸੈਪਟ ਤੇ ਤੇ ਲੈਂਗੁਏਜ ਤੇ ਵੀ ਕਮਾਂਡ ਆ ਇਹਦਾ ਮਤਲਬ ਜਿਹੜੀ ਚੀਜ਼ ਉਹ ਸਿੱਖਦੇ ਉਹਦਾ ਇਜ਼ਹਾਰ ਉਹ ਬੜੇ ਸੌਖੇ ਤਰੀਕੇ ਨਾਲ ਕਰ ਸਕਦੇ ਸਾਡੇ ਹਾਂ ਸਟੂਡੈਂਟ ਬਹੁਤ ਸਾਰੇ ਸਟੂਡੈਂਟ ਜਿਹੜੇ ਉਹਨਾਂ ਨੂੰ ਇਜ਼ਹਾਰ ਕਰਨਾ ਨਹੀਂ ਆਉਂਦਾ ਨਾ ਉਹ ਜ਼ੁਬਾਨੀ ਇਜ਼ਹਾਰ ਕਰ ਸਕਦੇ ਕਿਉਂ ਕਿ ਅਸੀਂ ਪਾਬੰਦੀ ਲਾਈ ਕਿ ਅੰਗਰੇਜ਼ੀ ਬੋਲਣੀ ਤੇ ਨਾ ਉਹ ਲਿਖਣ ਚ ਹਜ਼ਾਰ ਕਰ ਸਕਦੇ ਤੇ ਜਦੋਂ ਤੁਸੀਂ ਉਹਨਾਂ ਕੋਲ ਆਫ ਦਾ ਰੈਕੋਰਡ ਪੁੱਛਦੇ ਤੇ ਉਹਨਾਂ ਉਹ ਪੰਜਾਬੀ ਚ ਬੜੇ ਸੋਹਣੇ ਤਰੀਕੇ ਨਾਲ ਹਜ਼ਾਰ ਕਰ ਲੈਂਦੇ ਇਹਦਾ ਮਤਲਬ ਆ ਕਿ ਸਾਨੂੰ ਇਹ ਚੀਜ਼ ਚ ਫਰਕ ਕਰਨਾ ਪੈਣਾ ਕਿ ਜ਼ੁਬਾਨ ਕੀ ਆ ਤੇ ਇਲਮ ਕੀ ਆ ਤੇ ਅਸੀਂ ਇਹਨਾਂ ਦੋਨਾਂ ਦੇ ਦਰਮਿਆਨ ਫਰਕ ਕਰਕੇ ਕਿਵੇਂ ਤਰੱਕੀ ਕਰ ਸਕਨੇ ਆ ਆਪਣੀ ਜ਼ੁਬਾਨ ਇਸਤੇਮਾਲ ਕਰਕੇ ਖਾਸ ਤੌਰ ਤੇ ਆਪਣੀ ਲੋਕਲ ਤੇ ਨੈਸ਼ਨਲ ਲੈਂਗੁਏਜ ਜ਼ੁਬਾਨ ਇਸਤੇਮਾਲ ਕਰਕੇ ਅਸੀਂ ਕਿਵੇਂ ਲੋਕਾਂ ਨੂੰ ਆਪਣੀ ਧਰਤੀ ਨਾਲ ਵੀ ਜੋੜ ਸਕਨੇ ਆ ਆਪਣੀ ਤੇਹਜ਼ੀਬ ਨਾਲ ਵੀ ਜੋੜ ਸਕਨੇ ਆ ਤੇ ਉਹਨਾਂ ਦੀ ਕਲੈਰਿਟੀ ਵੀ ਕਰ ਸਕਨੇ ਆ ਉਹਨਾਂ ਨੂੰ ਮਦਦ ਕਰ ਸਕਨੇ ਆ ਕਿ ਉਹ ਅੱਛੇ ਤਰੀਕੇ ਨਾਲ ਜਿਹੜਾ ਸੁਪੀਰੀਅਰ ਨੌਲੇਜ ਇਸ ਦੁਨੀਆ ਦੇ ਬਾਰੇ ਆ ਜਿਹੜਾ ਉੱਚਾ ਇਲਮ ਇਸ ਦੁਨੀਆ ਦੇ ਬਾਰੇ ਆ ਉਹ ਸਿੱਖ ਸਕਣ ਤੇ ਇਸ ਲਈ ਜ਼ੁਬਾਨ ਤੇ ਇਲਮ 'ਚ ਫਰਕ ਕਰਨਾ ਪੈਣਾ ਜਿਸ ਦਿਨ ਸਾਨੂੰ ਇਹ ਫਰਕ ਸਮਝ ਆ ਗਿਆ ਉਸ ਦਿਨ ਅਸੀਂ ਇਹ ਕਹਿਣਾ ਬੰਦ ਕਰ ਦੇਣਾ ਕਿ ਪੰਜਾਬੀ ਬੜੀ ਨੀਚੀ ਤੇ ਅੰਗਰੇਜ਼ੀ ਬੜੀ ਉੱਚੀ ਸੁਬਾਨ ਆ अच्छा मैं डॉक्टर यूसुफ ਦਾ ਸ਼ੁ크ਰੀਆ ادا ਕਰਨੀ ਆ ਕਿ ਉਹਨਾਂ ਸਾਡੇ ਵਾਸਤੇ ਆਪਣਾ ਕੀਮਤੀ ਵਕਤ ਕੱਢਿਆ ਤੇ ਨਾਜ਼ਰੀਨ ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਸਾਡੀ ਇਹ ਜਿਹੜਾ ਅੱਜ ਦੀ ਸਾਡੀ ਕੋਸ਼ਿਸ਼ ਸੀ ਆਪਣੀ ਜ਼ੁਬਾਨ ਨੂੰ ਬਚਾਉਣ ਵਾਸਤੇ ਤੇ ਕੁਝ ਨਾ ਕੁਝ ਤੁਹਾਨੂੰ ਸੋਚਣ ਤੇ ਮਜਬੂਰ ਕਰੇ ਦੀ ਤੇ ਅਗਲੇ ਪ੍ਰੋਗਰਾਮ ਤੱਕ ਆਪਣਾ ਖਿਆਲ ਰੱਖਿਓ ਫਿਰ ਮਿਲਾਂਦੇ ਅੱਲਾਹ ਹਾਫਿਜ਼